ਕਿਆ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਾਈਵ ਹੋਇਆ ਮੈਂ ਅੱਜ, ਅਤੇ ਹੋਣਾ ਜ਼ਰੂਰੀ ਵੀ ਸੀ ਐਟ ਦਿਸ ਮੂਮੈਂਟ। ਅਤੇ ਕੱਲ੍ਹ ਦਾ ਤੁਹਾਨੂੰ ਸਾਰਿਆਂ ਨੂੰ ਪਤਾ, ਸ਼ਾਬਾਸ਼ ਮਿਲ ਰਹੀ ਹੈ ਬਹੁਤ ਮੈਨੂੰ, ਸਰਟੀਫਿਕੇਟ ਦਿੱਤੇ ਜਾ ਰਹੇ ਨੇ। ਅਤੇ ਇੱਧਰੋਂ ਉੱਧਰੋਂ ਬਾਈ ਤੂੰ ਐਂ ਕਰਤਾ, ਗਦਾਰੀ ਕਰਤੀ, ਫਲਾਨਾ ਕਰਤਾ, ਧਮਕਾ ਕਰਤਾ। ਲਾਈਵ ਮੈਂ ਹੋਣਾ ਸੀ, ਲਾਈਵ ਕੋਈ ਮੈਂ ਕਿਸੇ ਨੂੰ ਸਫਾਈ ਦੇਣ ਵਾਸਤੇ ਜਾਂ ਸਹੀ ਬਣਨ ਵਾਸਤੇ, ਸੱਚਾ ਬਣਨ ਵਾਸਤੇ ਜਾਂ ਪੋਚੇ ਮਾਰਨ ਵਾਸਤੇ ਮੈਂ ਲਾਈਵ ਨਹੀਂ ਹੋਇਆ। ਮੇਰੇ ਨਾਲ ਥੋੜ੍ਹੇ ਬਹੁਤ ਲੋਕ ਜੁੜੇ ਨੇ ਜਿਨ੍ਹਾਂ ਨੇ ਪਿਆਰ ਕਰਕੇ ਮੈਂ ਇੱਥੇ ਬੈਠਾ, ਅਤੇ ਜਿਹੜੇ ਜਿਨ੍ਹਾਂ ਨਾਲ ਮੇਰੇ ਦਿਲੋਂ ਰਿਸ਼ਤਾ ਹੈ, ਜਿਹੜੇ ਮੇਰੇ ਨਾਲ ਜੁੜੇ ਹੋਏ ਨੇ, ਮੇਰਾ ਇੱਕ ਫਰਜ਼ ਬਣਦਾ ਵੀ ਮੈਂ ਉਹਨਾਂ ਨੂੰ ਜੋ ਜੋ ਉਹਨਾਂ ਦੇ ਕੁਐਸਚਨ ਨੇ ਅਤੇ ਉਹਨਾਂ ਨੂੰ ਮੈਂ ਕਲੀਅਰ ਕਰਾਂ। ਕਿਉਂਕਿ ਇਹ ਨਹੀਂ ਹੈਗਾ ਵੀ ਮੈਂ ਇਕੱਲਾ ਹੀ ਹਾਂ ਜਾਂ ਮੈਂ ਇਕੱਲਾ ਸਾਰਾ ਕੁਛ ਕਰ ਲੂੰਗਾ, ਕਿਉਂਕਿ ਜਿਹੜੇ ਬੰਦੇ ਸ਼ੁਰੂ ਤੋਂ ਮੇਰੇ ਨਾਲ ਨੇ ਉਹਨਾਂ ਦਾ, ਉਹਨਾਂ ਨੂੰ ਮੇਰਾ ਇਹ ਕਲੀਅਰ, ਜਿਹਨਾਂ ਨੇ ਮੈਨੂੰ ਹੁਣ ਤੱਕ ਸਪੋਰਟ ਕੀਤਾ, ਉਹਨਾਂ ਨੂੰ ਕਲੀਅਰ ਕਰਨਾ ਬਣਦਾ ਸੀ ਵੀ ਇਹ ਕਿਉਂ ਕੀਤਾ ਜਾਂ ਕਿਉਂ ਨਹੀਂ ਕੀਤਾ। ਕੱਲ੍ਹ ਦੀਆਂ ਮੈਂ ਤਾਂ ਬੈਟਰਮੈਂਟ ਵਾਸਤੇ ਮੈਂ ਯਾਨੀ ਕਿ ਸੋਚ ਕੇ ਕੀਤਾ ਸੀ ਸਭ ਕੁਛ ਵੀ, ਹੈ ਨਾ ਕੁਛ ਚੰਗਾ ਕਰਾਂਗੇ, ਹੈ ਨਾ ਬਾਈ ਕਾਂਗਰਸੀ ਕਿਉਂ, ਸਾਰੇ ਜਵਾਬ ਦਿੰਦਾ ਵੀਰੇ, ਮੈਂ ਸਾਰੇ ਜਵਾਬ ਦਿੰਦਾ, ਇੱਕੋ ਇੱਕ ਗੱਲ ਦਾ ਜਵਾਬ ਦਿਓ, ਜਵਾਬ ਦੇਣ ਵਾਸਤੇ ਹੀ ਆਇਆ ਮੈਂ। ਕਿਉਂਕਿ ਜੋ ਤੁਸੀਂ ਬੈਠੇ ਹੋ ਉਹਨਾਂ ਨੂੰ, ਇਕੱਲੇ ਇਕੱਲੇ ਬੰਦੇ ਨੂੰ ਯਾਨੀ ਕਿ ਮੈਂ ਕੱਲ੍ਹ ਦੀਆਂ ਸੁਣੀ ਰਿਹਾ ਸੀ, ਮੈਂ ਦੇਖ ਰਿਹਾ ਸੀ ਵੀ ਕੀ ਪ੍ਰਤੀਕਿਰਿਆ ਹੋ ਰਹੀ ਹੈ, ਅਤੇ ਮੈਨੂੰ ਇਸ ਚੀਜ਼ ਦਾ ਪਤਾ ਸੀ ਵੀ ਕੀ ਕੁਛ ਹੋਣਾ, ਕੀ ਕੁਛ ਗੱਲਾਂ ਹੋਣਗੀਆਂ, ਕੀ ਕੁਛ ਬੋਲਿਆ ਜਾਊਗਾ, ਹੈ ਨਾ, ਅਤੇ ਕਿਵੇਂ ਕਿਵੇਂ ਸਾਰੀਆਂ ਚੀਜ਼ਾਂ ਹੋਣਗੀਆਂ, ਮੈਨੂੰ ਸਾਰਾ ਕੁਛ ਪਤਾ ਸੀ ਉਸ ਚੀਜ਼ ਬਾਰੇ ਵੀ ਆਹ ਚੀਜ਼ਾਂ ਆਹ ਫੇਸ ਹੋਣਗੇ। ਅਤੇ ਮੈਨੂੰ 4 ਸਾਲ ਹੋ ਗਏ ਵੀਰੇ ਗਾਉਂਦੇ ਨੂੰ, ਅਤੇ ਮੈਂ ਇਹੀ ਕੁਛ ਹੀ ਦੇਖਿਆ ਲਾਈਫ ਦੇ ਵਿੱਚ, ਹੈ ਨਾ। ਸਭ ਤੋਂ ਪਹਿਲਾਂ ਮੈਨੂੰ ਕੱਲ੍ਹ ਦੇ ਯਾਨੀ ਕਿ ਸਭ ਤੋਂ ਵੱਡੇ ਸਰਟੀਫਿਕੇਟ ਜਿਹੜੇ ਮੇਰੇ ਨੇ ਤੋਂ ਗੁਜ਼ਾਰ ਹੈ ਬਾਈ, ਫਲਾਨਾ ਹੈਗਾ, ਕਿਹੜੀ ਗੱਲ ਤੋਂ ਗੁਜ਼ਾਰ ਹਾਂ ਬਾਈ, ਕਾਂਗਰਸ ਜੁਆਇਨ ਕਰ ਲਈ ਬਾਈ। ਕਾਂਗਰਸ ਤਾਂ 1984 ਉਹਨਾਂ ਦੀ ਕਾਤਲਾਂ ਦੀ ਜ਼ਿੰਮੇਵਾਰ ਹੈ, ਸਿੱਖ ਕਤਲੇਆਮ ਦੇ ਵਿੱਚ ਉਹ ਉਹਨਾਂ ਦਾ ਹਿੱਸਾ ਰਿਹਾ। ਪਹਿਲੀ ਗੱਲ ਮੈਂ ਪੁੱਛਣਾ ਚਾਹੁੰਦਾ, ਸ਼ਾਇਦ ਜੇ ਕਿਸੇ ਮੇਰੇ ਵੀਰ ਨੇ ਧਿਆਨ ਨਾਲ ਪੜ੍ਹਿਆ ਹੋਵੇ, ਸਾਡਾ ਸਿੱਖਾਂ ਦਾ ਕਤਲੇਆਮ ਕੀਤਾ ਕਿਹਨੇ ਨਹੀਂ, ਕਿਹੜੇ ਕਿਹੜੇ ਬੰਦੇ ਅੱਜ ਜੋ ਪੰਥਕ ਬਣੇ ਬੈਠੇ ਨੇ, ਜੋ ਅੱਜ ਪੰਥਕ ਧਿਰਾਂ ਚਲਾ ਰਹੇ ਨੇ, ਕਿ ਉਹਨਾਂ ਨੇ ਸਾਡਾ ਕਤਲੇਆਮ ਨਹੀਂ ਕੀਤਾ। ਠੀਕ ਹੈ, ਚਲੋ ਇਹ ਜੋ ਚੀਜ਼ ਗਲਤ ਹੈ, ਦੇਖੋ ਆਲਵੇਜ਼ ਮੈਂ ਗਲਤ ਠੋਕ ਕੇ ਕਹੀ ਹੈ ਵੀ ਇਹ ਗਲਤ ਹੈ, ਅਤੇ ਅੱਗੇ ਵੀ ਕਹੂੰਗਾ, ਇੰਨੀ ਕੁ ਮੇਰੇ 'ਚ ਹਿੰਮਤ ਹੈਗੀ ਹੈ। ਠੀਕ ਹੈ, ਇੰਨਾ ਕੁ ਤੁਹਾਨੂੰ ਮੇਰਾ ਵੀ ਪਤਾ ਵੀ ਮੈਂ ਕਿਹੋ ਜਿਹੀ ਬਿਰਤੀ ਦਾ ਆਦਮੀ ਹਾਂ। ਠੀਕ ਹੈ ਨਾ, ਜੋ ਗਲਤ ਸੀ ਉਹ ਗਲਤ ਹੈ, ਅੱਜ ਵੀ ਗਲਤ ਹੈ ਅਤੇ ਕੱਲ੍ਹ ਨੂੰ ਵੀ ਗਲਤ ਰਹੋ। ਠੀਕ ਹੈ, ਜੇ ਕੱਲ੍ਹ ਨੂੰ ਵੀ ਕੁਛ ਮੇਰੇ ਨਾਲ ਦੇ ਕੁਛ ਗਲਤ ਕਰਨਗੇ ਤਾਂ ਮੈਂ ਉਹਨਾਂ ਨੂੰ ਵੀ ਠੋਕ ਕੇ ਕਹੂੰਗਾ ਵੀ ਇਹ ਗਲਤ ਹੈ। ਠੀਕ ਹੈ, ਅਤੇ ਇਸ ਚੀਜ਼ ਦੇ ਵਿੱਚ ਮੇਰਾ ਸਾਥ ਨਹੀਂ ਹੈਗਾ ਕਿ ਜਿਹੜੇ ਅੱਜ ਪੰਥਕ ਬਣੇ ਫਿਰਦੇ ਆ ਕਿ ਉਹਨਾਂ ਨੇ 84 ਦੇ ਕਤਲੇਆਮ ਦੇ ਵਿੱਚ ਉਹਨਾਂ ਦਾ ਹਿੱਸਾ ਨਹੀਂ ਹੈਗਾ। ਅਤੇ ਦੂਜੀ ਗੱਲ, ਤੁਸੀਂ ਇਹ ਕਹਿ ਰਹੇ ਹੋ ਵੀ 1984 ਦਾ ਕਤਲੇਆਮ ਹੋ ਗਿਆ ਜੀ, ਫਲਾਨਾ ਹੋ ਗਿਆ, ਤੂੰ ਭੁੱਲ ਗਿਆ, ਤੂੰ ਗਦਾਰੀ ਕੀਤੀ। ਮੈਂ ਤਾਂ ਪਾਰਟੀ ਕੱਲ੍ਹ ਜੁਆਇਨ ਕੀਤੀ ਹੈ ਵੀਰੇ, 21 ਕੱਲ੍ਹ ਕਿੰਨੀ ਤਰੀਕ ਸੀਗੀ, ਅਤੇ ਮੈਂ ਤਾਂ ਕੱਲ੍ਹ ਪਾਰਟੀ ਜੁਆਇਨ ਕਰੀ ਹੈ ਵੀਰੇ, 2021 ਦੇ ਵਿੱਚ ਆ ਕੇ। 1984 ਤੋਂ ਬਾਅਦ 3 ਵਾਰੀ ਸਰਕਾਰ ਬਣ ਗਈ ਕਾਂਗਰਸ ਦੀ, ਅਤੇ 3 ਵਾਰੀ ਸਰਕਾਰ ਬਣਾਉਣ ਵਾਲੇ ਉਹ ਗਦਾਰ ਨੇ ਜਾਂ ਮੈਂ ਗਦਾਰ ਹਾਂ, ਇਹ ਗੱਲ ਦੱਸੋ ਮੈਨੂੰ। ਪ੍ਰੋਪੋਗੰਡਾ ਨਾ ਕਰਿਆ ਕਰੋ ਮੇਰਾ ਵੀਰ। ਠੀਕ ਹੈ, ਜੇ ਚੀਜ਼ਾਂ ਤੁਹਾਡੇ 'ਤੇ ਆਉਣ ਲੱਗੀਆਂ, ਠੀਕ ਹੈ, ਅੱਜ ਕੱਲ੍ਹ ਆਪਾਂ ਇਹ ਸੋਚਦੇ ਹਾਂ ਵੀ ਫਲਾਨੇ ਨਾਲ ਗੱਲ ਕਰੀਏ ਯਾਰ ਉਹਨੂੰ, ਹੈ ਨਾ, ਮੈਨੂੰ ਪਤਾ ਮੇਰੇ ਬਾਰੇ ਤਾਂ ਪੁਆਇੰਟ ਚਾਹੀਦਾ ਹੁੰਦਾ ਸਾਰਿਆਂ ਨੂੰ ਇੱਕ, ਵੀ ਜੇ ਮੈਂ ਕੁਛ ਕਰ ਲਿਆ ਤਾਂ ਵੀ ਇਹਨੇ ਕਿਉਂ ਕਰਿਆ, ਹੈ ਨਾ। ਸੋ ਮੈਂ ਤਾਂ ਛੋਟੇ ਛੋਟੇ ਕੁਐਸਚਨ ਪੁੱਛਣੇ ਨੇ, ਜੇ ਤੁਹਾਨੂੰ ਠੀਕ ਲੱਗੇ, ਹੈ ਨਾ, ਤਾਂ ਮੈਨੂੰ ਉਸ ਚੀਜ਼ਾਂ ਦਾ ਜਵਾਬ ਦਿਓ, ਹੈ ਨਾ। 3 ਵਾਰੀ ਵੋਟਾਂ ਪਾਉਣ ਵਾਲੇ ਕੌਣ ਲੋਕ ਸੀਗੇ, ਉਹ ਕਿ ਉਹ ਗਦਾਰ ਸੀ, ਐਤਕੀ ਵੀ ਸਰਕਾਰ ਸੀ, ਲੋਕਾਂ ਨੇ ਵੋਟਾਂ ਪਾਈਆਂ, ਉਹ ਤਾਂ ਮੈਂ ਕਾਂਗਰਸ ਜੁਆਇਨ ਨਹੀਂ ਸੀ ਕੀਤੀ, ਨਾ ਮੈਂ ਵੋਟਾਂ ਪਾਈਆਂ ਸੀ, ਨਾ ਮੇਰੀ 3.5 ਜਣਿਆਂ ਦੀਆਂ ਵੋਟਾਂ ਨਾਲ ਉਹ ਸਰਕਾਰ ਬਣੀ, ਤਾਂ ਉਹ ਕੌਣ ਲੋਕ ਸੀ ਯਾਰ। ਦੋਹਰਾ ਸਟੈਂਡਰਡ ਨਾ ਲੈ ਕੇ ਚੱਲਿਆ ਕਰੋ ਮੇਰਾ ਵੀਰ, ਹੈ ਨਾ। ਮੈਨੂੰ ਪਤਾ ਜਿੰਨਾ ਜਿਸਦਾ ਨਾਮ ਹੁੰਦਾ ਉਸਨੂੰ ਉਸ ਚੀਜ਼ ਦੀ ਵੈਲਿਊ ਦੇਣੀ ਪੈਂਦੀ ਹੈ, ਠੀਕ ਹੈ ਨਾ। ਮੈਂ ਸਮਝ ਰਿਹਾ ਸਾਰੀਆਂ ਚੀਜ਼ਾਂ ਨੂੰ ਵੀ ਕੀ ਕੁਛ ਚੱਲ ਰਿਹਾ, ਮੈਂ ਕੋਈ ਬੱਚਾ ਨਹੀਂ ਹੈਗਾ ਜਾਣ ਵੀ ਮੈਨੂੰ ਪਤਾ ਨਹੀਂ ਕੁਛ, ਮੈਂ ਸਾਰਾ ਕੁਛ ਸੋਚ ਸਮਝ ਕੇ ਹੀ ਇਹ ਫੈਸਲਾ ਲਿਆ, ਅਤੇ ਉਹ ਮੈਂ ਫੈਸਲਾ ਕਿਉਂ ਲਿਆ ਮੈਂ ਤੁਹਾਨੂੰ ਉਹਦਾ ਵੀ ਰੀਜ਼ਨ ਦੱਸੂੰਗਾ। ਹੁਣ ਮੈਨੂੰ ਸਾਰੇ ਕਹਿੰਦੇ ਵੀ ਤੂੰ ਕਾਂਗਰਸ ਜੁਆਇਨ ਕੀਤੀ, ਦੂਜੀਆਂ ਪਾਰਟੀਆਂ ਕਿਉਂ ਨਹੀਂ ਜੁਆਇਨ ਕੀਤੀਆਂ, ਉਹਦਾ ਵੀ ਜਵਾਬ ਦਿੰਦਾ। ਕਾਂਗਰਸ ਜੁਆਇਨ ਕਰੀ ਜੇ ਮੈਂ ਨਾ ਕਰਦਾ, ਇੱਕ ਪਾਰਟੀ ਹੈਗੀ ਹੈ ਜੇ ਮੈਂ ਉਹ ਨਾਲ ਜੁਆਇਨ ਕਰ ਲੈਂਦਾ ਤਾਂ ਤੁਸੀਂ ਉਹਨੂੰ ਕਹਿਣਾ ਸੀ ਉਹ ਤੁਸੀਂ ਬੇਅਦਬੀ ਵਾਲਿਆਂ ਨਾਲ ਰਲੇ ਫਿਰਦੇ ਹੋ, ਬੇਅਦਬੀ
ਬੇਅਦਬੀ, ਇਹ ਤਾਂ ਬੇਅਦਬੀ ਕਰੀ ਹੈ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜੇ ਆ। ਇੱਕ ਪਾਰਟੀ ਨੇ ਹੋਰ ਅਪਰੋਚ ਕਰਿਆ ਸੀ ਉਹਨੂੰ, ਉਹਦੇ ਨਾਲ ਜੇ ਕਹਿਣ ਰਲਦਾ ਫਿਰ ਤੁਸੀਂ ਕਹਿਣਾ ਸੀ ਕਿਸਾਨਾਂ ਦੇ ਵਿਰੋਧੀ ਹੈ, ਇਹਦਾ ਇੰਨੇ ਕਿਸਾਨ ਮਰੇ ਯਾਰ ਤੂੰ ਇਹਦੇ ਨਾਲ ਰਲ ਗਿਆ, ਫਿਰ ਵੀ ਗੱਦਾਰ। ਇੱਕ ਪਾਰਟੀ ਹੋਰ ਸੀ ਉਹਨੂੰ ਤੁਸੀਂ RSS ਦੀ ਬੀ ਟੀਮ ਕਹਿੰਦੇ ਹੋ, ਉਹਦੇ ਨਾਲ ਰਲ ਗਿਆ, ਫਿਰ ਵੀ ਕਹਿਣਾ ਉਹ ਯਾਰ ਤਾਂ ਫਲਾਨਾ। ਆਜ਼ਾਦ ਖੜ ਗਿਆ ਤਾਂ ਫਿਰ ਤੁਸੀਂ ਕਹਿਣਾ ਸੀ ਯਾਰ ਤੂੰ ਆਜ਼ਾਦ ਲੋਕਾਂ ਦੀਆਂ ਵੋਟਾਂ ਲੈ ਕੇ ਕੀ ਕਰੇਗਾ, ਤੇਰੇ ਕੋਲ ਕੋਈ ਸਿਸਟਮ ਨਹੀਂ, ਉੱਤੇ ਤੇਰੀ ਗੱਲ ਨਹੀਂ ਬਣਨੀ, ਕਿਉਂ ਐਵੇਂ ਲੋਕਾਂ ਦੀਆਂ ਵੋਟਾਂ ਖਰਾਬ ਕੀਤੀਆਂ, ਠੀਕ ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਨੇ ਮੇਰਾ ਭਰਾ, ਤੁਸੀਂ ਮੈਨੂੰ ਦੱਸ ਦਿੰਦੇ, ਤੁਸੀਂ ਮੈਨੂੰ ਹੁਣ ਵੀ ਦੱਸ ਦਿਓ ਵੀ ਕਿਹੜਾ ਸਹੀ ਹੈ, ਠੀਕ ਹੈ ਨਾ ਮੇਰਾ ਭਰਾ। ਕੋਈ ਵੀ ਬੰਦਾ ਜੇ ਕੋਈ ਸਟੈਪ ਲੈ ਰਿਹਾ ਉਹ ਕੋਈ ਬੇਵਕੂਫ ਹੋ ਕੇ ਨਹੀਂ ਲੈਂਦਾ ਮੇਰਾ ਵੀਰ, ਠੀਕ ਹੈ। ਕੰਡੀਸ਼ਨਸ ਦੇਖੀਆਂ, ਮੈਂ 3 ਸਾਲ ਹੋ ਗਏ ਇੱਥੇ ਰਹਿ ਰਿਹਾ ਨੂੰ, ਠੀਕ ਹੈ। ਮੈਨੂੰ ਪਹਿਲਾਂ ਕੋਈ ਇੰਟਰਸਟ ਨਹੀਂ ਸੀ ਵੀ ਕੀ ਚੱਲੀ ਜਾਂਦਾ, ਹੁਣ ਤੱਕ ਇੰਟਰਸਟ ਨਹੀਂ ਸੀ, ਠੀਕ ਹੈ। 3 ਸਾਲ ਹੋ ਗਏ ਇੱਥੇ ਰਹਿਣਾ, ਇੱਥੇ ਹਰੇਕ ਤੀਜਾ ਬੰਦਾ, ਜਦੋਂ ਤੁਸੀਂ ਕਿਸੇ ਸਿਸਟਮ 'ਚ ਤਰੱਕੀ ਕਰਕੇ ਜਾਂਦੇ ਹੋ ਨਾ, ਤੁਸੀਂ ਆਪਣੇ ਪਿੰਡ ਨੂੰ ਤਰੱਕੀ ਕਰਦੇ ਹੋ, ਤੁਸੀਂ ਕੁਛ ਬਣਦੇ ਹੋ, ਇੱਥੇ ਹਰੇਕ ਇੱਕ ਪੁਲਿਸ ਅਫਸਰ ਵੀ ਇਹ ਚਾਹੁੰਦੇ ਵੀ ਯਾਰ ਇਹਨੂੰ ਸਾਡੇ ਜੇਬ 'ਚ ਪਾ, ਇਹ ਮੇਰੇ ਤੋਂ ਸਟੇਜ 'ਤੇ ਵੀ ਪੁੱਛ ਕੇ ਚੜਿਆ ਕਰੇ, ਠੀਕ ਹੈ। 3 ਸਾਲਾਂ ਦੇ ਵਿੱਚ ਮੇਰੇ 'ਤੇ 6 ਪਰਚੇ ਹੋਏ, 6 ਪਰਚਿਆਂ ਦੇ ਵਿੱਚੋਂ ਕੀ ਉਹਨਾਂ ਦਾ ਸੀਗਾ ਕਿਸੇ ਦਾ, ਕੁਛ ਵੀ ਨਹੀਂ ਸੀ, ਘਰ ਬੈਠਿਆਂ ਦੇ ਪਰਚੇ। ਸੋ ਇਹ ਲੋਕ ਜਿੰਨਾ ਪ੍ਰੈਸ਼ਰ ਮੈਂ ਦੇਖਿਆ, ਮੈਨੂੰ ਐਂ ਲੱਗਦਾ ਉਦੋਂ ਲੋਕ ਜੇ ਮੇਰੇ ਨਾਲ ਇਹੋ ਜਿਹਾ ਕੁਛ ਹੋ ਸਕਦਾ ਤਾਂ ਦੂਜੇ ਲੋਕਾਂ ਨਾਲ ਕਿੰਨਾ ਕੁਛ ਹੁੰਦਾ ਹੋਣਾ, ਹੈ ਨਾ। ਸੋ ਇਹ ਚੀਜ਼ਾਂ ਨੇ। ਅਤੇ ਤੀਜੀ ਗੱਲ ਤੁਸੀਂ ਇਹ ਕਹਿ ਰਹੇ ਹੋ ਵੀ ਇਹ ਤਾਂ ਜੀ ਐਂ ਕਰਕੇ ਗਲਤ ਹੈ ਫਲਾਨਾ ਧਮਕਾ, ਫਿਰ ਯਾਰ ਮਨਮੋਹਨ ਸਿੰਘ ਵੀ ਤਾਂ ਇਸੇ ਪਾਰਟੀ ਨੇ ਦਿੱਤਾ ਸੀ, ਉਹ ਚੀਜ਼ ਤਾਂ ਤੁਸੀਂ ਕਰੇ, ਫਿਰ ਮੈਂ ਕਿਸੇ ਦਾ ਪੱਖ ਨਹੀਂ ਲੈ ਰਿਹਾ। ਮੈਂ ਮੁੱਕਦੀ ਗੱਲ ਇਹ ਹੈ ਵੀ ਯਾਰ ਤੁਸੀਂ ਕਿਸੇ ਨੂੰ ਦੱਲਾ, ਕਿਸੇ ਨੂੰ ਗੱਦਾਰ, ਕਿਸੇ ਨੂੰ ਠਾਠਾ ਠਾਠਾ ਕਹਿਣਾ ਬਹੁਤ ਸੌਖਾ ਹੁੰਦਾ। ਅੱਜ ਕੱਲ੍ਹ ਪਤਾ ਕੀ ਟ੍ਰੈਂਡ ਚੱਲਿਆ ਹੋਇਆ ਵੀ ਸੋਸ਼ਲ ਮੀਡੀਆ 'ਤੇ ਸਾਰਾ ਪ੍ਰਚਾਰ ਵੀ ਇੱਦਾਂ ਸਮਾਜ ਇੱਦਾਂ ਹੋਣਾ ਚਾਹੀਦਾ, ਸਮਾਜ ਸਰਕਾਰਾਂ ਤਾਂ ਘਟੀਆਂ ਨੇ ਜੀ, ਫਲਾਨੇ ਘਟੀਆਂ ਨੇ ਇਹ ਫੁੱਦੂ ਨੇ ਜੀ, ਫਲਾਨੇ ਨੇ ਧਮਕੇ ਨੇ, ਅਤੇ ਫਿਰ ਇਹਨਾਂ ਨੂੰ ਸਹੀ ਕੌਣ ਕਰੂਗਾ ਬਈ ਕਿ ਸੋਸ਼ਲ ਮੀਡੀਆ 'ਤੇ ਗਾਲ ਕੱਢ ਕੇ, ਸੋਸ਼ਲ ਮੀਡੀਆ 'ਤੇ ਐਂ ਕਹਿ ਕੇ ਵੀ ਇਹ ਤਾਂ ਘਟੀ, ਇੱਥੇ ਗੱਲ ਮੁੱਕ ਜੂ ਕਿ ਇੱਥੋਂ ਸੁਧਾਰ ਹੋ ਗਿਆ ਸਾਰਾ ਕੁਛ। ਜੇ ਕੁਛ ਬਦਲਣਾ ਮਿੱਤਰਾ ਤਾਂ ਦਲਦਲ 'ਚ ਪੈਣਾ ਪੈਂਦਾ, ਠੀਕ ਹੈ ਨਾ। ਅਤੇ ਮੈਂ ਕੋਈ ਇਹ ਨਹੀਂ ਕੀਤਾ ਵੀ ਜਦੋਂ ਮੇਰਾ ਸਿੰਗਿੰਗ ਕਰੀਅਰ ਮੁੱਕ ਗਿਆ, ਦੂਜੇ ਕਲਾਕਾਰਾਂ ਵਾਂਗੂ ਮੈਂ ਜਾ ਕੇ ਪਾਰਟੀ 'ਚ ਰਲ ਗਿਆ ਵੀ ਚੱਲ ਹੁਣ ਇੱਧਰੋਂ ਸਹੀ ਕਰਾਂ। ਜਮਾਂ ਪੀਕ 'ਤੇ ਬੈਠਾ ਇਸ ਵਕਤ, ਅੱਜ ਵੀ ਸ਼ੋਅ ਹੈ ਨੋਇਡਾ ਦੇ ਵਿੱਚ ਮੇਰਾ, ਸੋਲਡ ਆਊਟ ਹੈ, ਠੀਕ ਹੈ ਨਾ। ਅਤੇ ਮੈਂ ਇਹ ਪੰਗਾ ਕਿਉਂ ਲਿਆ, ਕਿਉਂਕਿ ਮੇਰੇ ਮਨ ਦੇ ਵਿੱਚ ਕੁਛ ਨਾ ਕੁਛ ਸੀਗਾ, ਠੀਕ ਹੈ। ਮੈਂ ਮੇਰੇ ਦਿਮਾਗ ਦੇ ਵਿੱਚ ਜਿਹੜੀਆਂ ਚੀਜ਼ਾਂ ਮੈਂ ਸੋਚੀਆਂ ਹੋਈਆਂ ਸੀ ਮੈਂ ਉਹ ਕਰਨੀਆਂ ਨੇ, ਠੀਕ ਹੈ ਨਾ। ਮੈਂ ਵੀ ਕਹਿ ਸਕਦਾ ਸੀ ਗਾਣਿਆਂ 'ਚ, ਮੈਂ ਵੀ ਕਹਿਤਾ ਲੀਡਰ ਨੇ ਇੱਥੇ ਹੱਕਦਾਰ ਗੋਲੀ ਦੇ, ਲੀਡਰ ਹੱਕਦਾਰ ਗੋਲੀ ਦੇ ਕਹਿ ਕੇ ਗੱਲ ਨਿਬੜ ਗਈ, ਇਹਨੂੰ ਸਹੀ ਕੌਣ ਕਰੂਗਾ। ਮੈਂ ਤੁਹਾਨੂੰ ਵੀ ਕਹਿਣਾ ਤੁਸੀਂ ਵੀ ਆਓ, ਚੰਗੇ ਬੰਦਿਆਂ ਦੀ ਲੋੜ ਆ। ਜੇ ਤੁਸੀਂ ਇੱਥੇ ਆਪਾਂ ਇੱਥੇ ਗਾਲਾਂ ਕੱਢ ਕੇ ਸੋਸ਼ਲ ਮੀਡੀਆ 'ਤੇ ਗਾਲ ਕੱਢ ਕੇ, ਫਲਾਨਾ ਦੱਲਾ ਜੀ, ਫਲਾਨਾ ਗਦਾਰ ਹੈ ਜੀ, ਇਹ ਵਿਕ ਗਿਆ ਜੀ, ਆਹ CM ਤਾਂ ਘਟੀਆ ਜੀ, ਆਹ ਸਰਕਾਰ ਤਾਂ ਬਹੁਤ ਘਟੀਆ ਜੀ, ਐਂ ਕਹਿ ਕੇ ਜੀ ਸੁਧਾਰ ਹੋਊਗਾ, ਕਦੋਂ ਦੀ ਕਹੀ ਜਾਂਦੇ ਹੋ, ਹੋਇਆ ਨਹੀਂ ਹੋਇਆ ਨਾ। ਸੋ ਯਾਰ ਜੇ ਤੁਹਾਨੂੰ ਇੰਨਾ ਕੁਛ ਕਰਕੇ ਨਹੀਂ ਕੁਛ ਹੋ ਰਿਹਾ ਤਾਂ ਉਹ ਕਿਵੇਂ ਹੋਊਗਾ, ਠੀਕ ਹੈ। ਜੇ ਤਲਾਬ ਸਾਫ਼ ਕਰਨ ਤਾਂ ਤਲਾਬ ਦੇ ਵਿੱਚ ਉਤਰਨਾ ਪੈਣਾ, ਜੇ ਕੋਈ ਉਤਰਦਾ ਤਾਂ ਉਹਨੂੰ ਤੁਸੀਂ ਸਰਟੀਫਿਕੇਟ ਬਣਨ ਲੱਗ ਜਾਂਦੇ ਹੋ। ਮੈਨੂੰ ਕੋਈ ਪਰਵਾਹ ਨਹੀਂ ਬਾਈ, ਕੋਈ ਇਸ਼ੂ ਨਹੀਂ, ਮੈਂ ਜ਼ਿੰਦਗੀ ਦੇ ਵਿੱਚ ਨੈਗੇਟਿਵਿਟੀ ਹੀ ਦੇਖੀ ਹੈ ਅਤੇ ਮੈਂ ਇਸੇ 'ਚ ਵੀ ਬਣਿਆ ਹੋਇਆ, ਠੀਕ ਹੈ ਨਾ। ਮੈਨੂੰ ਪਤਾ ਵੀ ਮੇਰਾ, ਮੈਂ ਆਪਦੇ ਦਿਲੋਂ ਕੋਈ ਮਾੜੀ ਚੀਜ਼ ਸੋਚ ਕੇ ਨਹੀਂ ਗਿਆ, ਠੀਕ ਹੈ। ਮਾੜੀ ਕੋਈ ਅੰਸਰ ਨਹੀਂ ਸੀ ਦਿਮਾਗ ਦੇ ਵਿੱਚ ਮੇਰੇ, ਕੋਈ ਮਾੜੀ ਇੰਟੈਂਸ਼ਨ ਨਹੀਂ ਸੀ, ਅਤੇ ਮੈਨੂੰ ਉਸ ਚੀਜ਼ ਦੀ ਕੋਈ ਪਰਵਾਹ ਨਹੀਂ ਜਾਣ, ਜਿੰਨਾ ਚਿਰ ਮੈਨੂੰ ਪਤਾ ਮੇਰੇ ਪਰਮਾਤਮਾ ਨੂੰ ਪਤਾ ਮੈਂ ਠੀਕ ਹਾਂ ਯਾਰ, ਜੋ ਮੈਂ ਕੀਤਾ ਕਿਹੜੀ ਵਜ੍ਹਾ, ਮੈਂ ਕਿਉਂ ਕੀਤਾ, ਠੀਕ ਹੈ, ਉਹ ਮੈਨੂੰ ਪਤਾ। ਕੋਈ ਤੀਜਾ ਬੰਦਾ ਕਹਿ ਰਿਹਾ, ਮੈਨੂੰ ਸਿਰਫ ਆਪਣੇ ਪਰਿਵਾਰ ਨਾਲ ਫਰਕ ਪੈਂਦਾ, ਜਿਹੜੇ ਮੈਨੂੰ ਸੁਣਦੇ ਨੇ, ਜਿਹੜੇ ਮੇਰੇ ਨਾਲ ਰਹਿੰਦੇ ਨੇ, ਜਿਨ੍ਹਾਂ ਨੇ ਮੈਨੂੰ ਪਿਆਰ ਕਰਕੇ ਇਸ ਤੱਕ ਪਹੁੰਚਾਇਆ, ਅਤੇ ਉਹਨਾਂ ਨੂੰ ਮੇਰਾ ਕਲੀਅਰ ਕਰਨਾ ਬਣਦਾ ਵੀ ਮੇਰੇ ਵੀਰ ਆਹ ਚੀਜ਼ ਹੈ, ਆਹ ਚੀਜ਼। ਬਾਕੀ ਇੱਥੇ ਸਰਟੀਫਿਕੇਟ ਮੈਂ ਪਹਿਲਾਂ ਹੀ ਕਹਿੰਦਾ ਸੀਗਾ ਵੀ 295 ਗਾਣੇ 'ਚ ਵੀ ਮੈਂ ਤੁਹਾਨੂੰ ਠੋਕ ਕੇ ਕਿਹਾ ਸੀ ਵੀ ਕੌਣ ਕੁੱਤਾ ਕੌਣ ਦੱਲਾ ਕੰਜਰਿਆ ਕਹਿਣ ਇੱਥੇ ਸਰਟੀਫਿਕੇਟ ਦੇਣ ਫੇਸਬੁੱਕਾਂ 'ਤੇ। ਸਰਟੀਫਿਕੇਟ ਤਾਂ ਮੈਨੂੰ ਮਿਲਦੇ ਨੇ ਅਤੇ ਨਾ ਮੈਨੂੰ ਸਰਟੀਫਿਕੇਟਾਂ ਦੀ ਪਰਵਾਹ ਹੈ, ਠੀਕ ਹੈ, ਕਿਉਂਕਿ ਮੈਂ ਹਿੰਮਤ ਰੱਖਦਾ ਜੋ ਮੈਂ ਕਿਹਾ ਉਸ ਚੀਜ਼ 'ਤੇ ਸਟੈਂਡ ਕਰਨ ਦੀ, ਅਤੇ ਜਿੱਥੇ ਕੋਈ ਚੀਜ਼ ਗਲਤ ਹੋ ਉਹ ਗਲਤ ਹੈ, ਠੀਕ ਹੈ। ਅਤੇ ਗਲਤ ਦਾ ਖਿਲਾਫਤ ਕਰਨ ਲਈ ਅਸੀਂ ਇੱਥੇ ਹੈਗੇ ਹਾਂ, ਠੀਕ ਹੈ। ਅਤੇ ਆਲਵੇਜ਼ ਜਿਹੜੀ ਚੀਜ਼ ਗਲਤ ਉਹਨੂੰ ਠੋਕ ਕੇ ਗਲਤ ਵੀ ਕਹਾਂਗੇ, ਠੀਕ ਹੈ। ਇਹ ਨਹੀਂ ਹੈਗਾ ਵੀ ਜਾਂ ਕੋਈ ਚੁੱਪ ਕਰ ਜਾਂਗੇ ਜਾਂ ਕੁਛ ਹੋਰ, ਨਾ ਅੱਜ ਤੱਕ ਚੁੱਪ ਕਰੇ ਹਾਂ। ਜੇ ਮੈਂ ਚੁੱਪ ਕਰਨਾ ਹੁੰਦਾ ਤਾਂ ਮੈਂ ਹੁਣ ਵੀ ਇੱਥੇ ਲਾਈਵ ਨਾ ਹੁੰਦਾ, ਮੈਂ ਬਹਿ ਜਾਂਦਾ ਵੀ ਯਾਰ ਕੋਈ ਨਹੀਂ, ਮੈਂ ਤਾਇਰ ਕਰਦੀ ਜੋ ਕੱਢੀ ਜਾਣ ਦੇ ਲੋਕਾਂ ਨੂੰ ਗਾਣਾ, ਠੀਕ ਹੈ। ਗਾਲਾਂ ਕੱਢਣਾ ਮੈਨੂੰ ਫਰਕ ਨਹੀਂ ਪੈਂਦਾ, ਪਰ ਕੁਛ ਕੁ ਲੋਕ ਨੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਉਹਨਾਂ ਨਾਲ ਮੈਨੂੰ ਫਰਕ ਪੈਂਦਾ। ਤੀਜੀ ਗੱਲ ਇਹ ਸੀ ਵੀ ਉਹ ਕਿਉਂ ਗਿਆ, ਮੈਂ ਕਿਉਂ ਇਹ ਪੋਲੀਟਿਕਸ ਦੇ ਵਿੱਚ ਕਿਉਂ ਆਇਆ।
तीन साल हो गए, चार साल हो गए, पहला गाना मेरा यही आया सी जिते बंदा मार के कसूर पुछदे जट उस पिंड नूं बिलोंग करदा, शुरू तो पिंड मानसा एरिया गाने च कह के यार कोई इंप्रूवमेंट नहीं होंगे। ਠੀਕ ਹੈ, ਨਾਮ ਬਹੁਤ ਬਣ ਗਿਆ ਬਾਬੇ ਦੀ ਕਿਰਪਾ ਨਾਲ, ਦੁਨੀਆ ਜਾਣਦੀ ਹੈ। ਪਹਿਲਾਂ ਕਾਲਜ 'ਚ ਜਾਂਦੇ ਹੁੰਦੇ ਸੀ ਕਿਸੇ ਨੂੰ ਪਤਾ ਤੱਕ ਨਹੀਂ ਸੀ ਹੁੰਦਾ ਵੀ ਮਾਨਸਾ ਕਿੱਥੇ ਹੈ, ਕੁਛ ਨਹੀਂ। ਪਰ ਯਾਰ ਜੇ ਤੁਹਾਡਾ ਨਾਮ ਹੈ, ਸਾਰਾ ਕੁਛ ਤੁਹਾਡੇ ਨਾਮ ਦਾ, ਨਾਮ ਤਾਂ ਸਾਰੀ 100 ਕਲਾਕਾਰ ਹੋਰ ਹੈ ਜਿਹਨਾਂ ਦੇ ਅੱਜ ਸ਼ੋਅ ਲੱਗਦੇ ਨੇ, ਗਾਣੇ ਚੱਲਦੇ ਨੇ, ਅਗਲਾ ਕਹਿੰਦਾ ਯਾਰ ਮੈਂ ਕੀ ਲੈਣਾ, ਠੀਕ ਹੈ ਜੋ ਹੋਊਗਾ ਠੀਕ ਹੈ ਮੈਂ ਕਰ ਲਊਂਗਾ ਬਸ, ਠੀਕ ਹੈ ਨਾ, ਮੈਂ ਆਪਦੇ ਚਾਰ ਪੈਸੇ ਇਕੱਠੇ ਕਰਦਾ, ਮੈਂ ਆਪਦੇ ਪਰਿਵਾਰ ਬਾਰੇ ਸੋਚਿਆ, ਮੈਂ ਬਾਕੀ ਸਾਰਾ ਕੁਛ ਜਾਵੇ ਖੂਹ ਖਾਤੇ 'ਚ, ਮੈਂ ਕੀ ਲੈਣਾ। ਠੀਕ ਹੈ, ਮੈਂ ਵੀ ਉਹਨਾਂ ਵਾਂਗੂ ਰਹਿ ਸਕਦਾ ਸੀ, ਮੈਂ ਪਿੰਡ 'ਚ ਮੈਂ ਪਿੰਡ 'ਚ ਕੀ ਰਹਿਣਾ ਯਾਰ, ਮੈਂ ਤਾਂ ਭੈਣ 'ਚ ਉੱਥੇ ਜਾਣਾ, ਠੀਕ ਹੈ ਮੈਂ ਖੇਤੀ ਕਿਉਂ ਕਰਾਂ, ਮੈਂ ਆਪਦੇ ਲੋਕਾਂ 'ਚ ਕਿਉਂ ਰਹਾਂ। ਇਸ ਤਰ੍ਹਾਂ ਕਿਸੇ ਕਿਸੇ ਬੰਦੇ 'ਚ ਕੁਆਲਿਟੀਆਂ ਹੁੰਦੀਆਂ ਨੇ ਅਤੇ ਉਹ ਇਸ ਚੀਜ਼ ਨੂੰ ਨਿਭਾਉਣਾ ਜਾਣਦਾ। ਠੀਕ ਹੈ, ਜੇ ਮੈਂ ਉੱਥੇ ਰਹਿ ਰਿਹਾ ਤਾਂ ਮੈਂ ਉੱਥੋਂ ਦੇ ਲੋਕਾਂ ਨਾਲ ਖੜ੍ਹਨਾ ਵੀ ਜਾਣਦਾ। ਠੀਕ ਹੈ ਨਾ, ਸਾਡੇ ਇਲਾਕੇ ਦੇ ਹਾਲਾਤ ਕੈਂਸਰ ਬੈਲਟ ਕਹਿੰਦੇ ਸਾਨੂੰ। ਠੀਕ ਹੈ, 2012 ਦੇ ਵਿੱਚ ਪਲੱਸ ਟੂ ਕਰਕੇ ਜਦੋਂ ਪੜ੍ਹਨ ਗਿਆ ਸਾਡਾ ਕੋਈ ਕਾਲਜ ਨਹੀਂ, ਲੁਧਿਆਣੇ ਪੜ੍ਹਨਾ ਪਿਆ। ਠੀਕ ਹੈ, ਫਿਰ ਬਾਹਰ ਜਾਣਾ ਪਿਆ ਜੇ ਸਾਰੇ ਉੱਥੇ ਓਪਰਚੁਨਿਟੀ ਹੋਣ, ਇਕੱਲੇ ਗਾਣੇ 'ਚ ਨਾਮ ਲੈਣ ਨਾਲ ਹਲਕਾ ਨਹੀਂ ਉੱਚਾ ਹੁੰਦਾ ਹੁੰਦਾ। ਬਾਕੀ ਮੇਰੇ 'ਤੇ ਤਾਂ ਇਲਜ਼ਾਮ ਸਾਰੇ ਕਿਤੇ ਕਹੀ ਜਾਂਦੇ ਰਹਿੰਦੇ ਨੇ ਵੀ ਤੂੰ ਐਂ ਕਰਤਾ ਤੂੰ ਐਂ ਕਰਤਾ, ਮਤਲਬ ਗਾਲਾਂ ਕੱਢਣੀ ਕੋਈ ਇਸ਼ੂ ਨਹੀਂ ਹੈਗਾ, ਮੈਨੂੰ ਮਾੜਾ ਚੰਗਾ ਕਹਿਣਾ ਨਾ, ਮੈਨੂੰ ਉਸ ਚੀਜ਼ ਨਾਲ ਮੇਰੀ ਕਿਸਮਤ ਹੈ ਇਹ। ਠੀਕ ਹੈ, ਮੇਰੀ ਕਿਸਮਤ ਦੇ ਵਿੱਚ ਵੜਿਆਈ ਵੀ ਲਿਖੀ ਹੈ, ਮੇਰੀ ਕਿਸਮਤ ਦੇ ਵਿੱਚ ਸਾਰਾ ਕੁਛ ਲਿਖਿਆ ਹੋਇਆ ਹੈ ਨਾ। ਸੋ ਇਹ ਚੀਜ਼ਾਂ ਮੇਰੇ ਨਾਲ ਵੀ ਹੋ ਸਕਦੀਆਂ ਸੀ ਹੈ ਨਾ, ਮੇਰੇ ਨਾਲ ਹੋ ਵੀ ਰਹੀਆਂ ਨੇ, ਅਤੇ ਵੀ ਇਹਨਾਂ ਚੀਜ਼ਾਂ ਦਾ ਮੈਨੂੰ ਕੋਈ ਫਰਕ ਨਹੀਂ ਹੈਗਾ, ਕਿਉਂਕਿ ਮੈਨੂੰ ਪਤਾ ਵੀ ਮੈਂ ਸਾਫ ਦਿਲ ਨਾਲ ਤਰੀਕੇ ਨਾਲ ਹੈ ਨਾ ਆਪਣੇ ਉਸ ਹਿਸਾਬ ਕਿਤਾਬ ਨਾਲ ਚੱਲ ਰਿਹਾ ਜਿਹੜਾ ਦਾ ਮੈਨੂੰ ਪਤਾ ਵੀ ਮੈਂ ਕਰਨਾ ਕੀ ਹੈ ਕੀ ਨਹੀਂ ਕਰਨਾ। ਅਤੇ ਨਾਲੇ ਯਾਰ ਮੈਨੂੰ ਇੱਕ ਗੱਲ ਦੱਸੋ ਵੀ ਸੋਸ਼ਲ ਮੀਡੀਆ 'ਤੇ ਬੋਲ ਕੇ ਸਾਰਾ ਕੁਛ ਕਰਕੇ ਕੀ ਸੁਧਾਰ ਹੋ ਜੂ ਕਿਸੇ ਚੀਜ਼ ਦਾ? ਨਹੀਂ ਹੁੰਦਾ ਬਾਈ। ਠੀਕ ਹੈ ਨਾ, ਅਤੇ ਨਾਲੇ ਜਿਹੜੀਆਂ ਤੁਸੀਂ ਪਾਰਟੀਆਂ ਨੇ, ਤੁਸੀਂ ਇਹ ਕਿਉਂ ਜੁਆਇਨ ਕੀਤੀ, ਉਹ ਕਿਉਂ ਜੁਆਇਨ ਕੀਤੀ, ਅਤੇ ਵੀ ਜ਼ਿਆਦਾ ਦੂਜੀਆਂ ਕਿਹੜੀਆਂ ਨੇ, ਉਹਨਾਂ 'ਚੋਂ ਜੁਆਇਨ ਕਰ ਲੈਂਦੇ, ਦੱਸ ਦਿਓ। ਫਿਰ ਜੇ ਉਹਨਾਂ ਨੂੰ ਜੁਆਇਨ ਕਰ ਲੈਣਾ, ਫਿਰ ਤੁਸੀਂ ਉਹਨਾਂ ਨੂੰ ਕਹਿਣਾ ਯਾਰ ਇਹ ਤਾਂ ਮਾੜੀ ਹੈ, ਇਹ ਤਾਂ ਇਹ ਫਲਾਣਾ ਧਮਕਾ ਹੈ ਨਾ। ਅਤੇ ਜਦੋਂ ਤੁਸੀਂ ਇੱਥੇ ਰਹਿੰਦੇ ਹੋ ਨਾ, ਉਦੋਂ ਤੱਕ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਯਾਰ ਇਹ ਤਾਂ ਦੂਰ ਆ। ਹੁਣ ਕਈ ਮੇਰੇ ਭਰਾ ਨੇ ਬਾਹਰੋਂ ਕਹੀ ਜਾਂਦੇ ਨੇ ਵੀ ਯਾਰ ਫੁੱਦੂ ਸਰਕਾਰਾਂ ਨੇ, ਇਹ ਫਲਾਨਾ ਨੇ, ਇਹ ਧਮਕਾ ਨੇ, ਇਹ ਯੇ ਨੇ। ਭਾਈ ਯਾਰ ਫਿਰ ਸੋਸ਼ਲ ਮੀਡੀਆ 'ਤੇ ਬੋਲ ਕੇ ਕੀ ਹੋਜੂ? ਜੇ ਸਰਕਾਰਾਂ ਸਿਸਟਮ ਬਦਲਣਾ ਹੈ, ਪਹਿਲਾਂ ਵੀ ਦਾ ਪਾਰਟ ਆਫ ਦਾ ਸਿਸਟਮ, ਸਿਸਟਮ 'ਚ ਆਓ, ਹਿੰਮਤ ਰੱਖੋ ਬਦਲਣ ਦੀ, ਲੀਗਲੀ ਜਾਣ ਲੀਗਲੀ ਜਾ ਕੇ ਉਸ ਚੀਜ਼ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ, ਕਿ ਇੰਟਰਨੈੱਟ 'ਤੇ ਬੋਲ ਕੇ ਵੀ ਐਂ ਫਲਾਨਾ ਜੀ ਇਹਦਾ ਧਮਕਿਆ ਜੀ, ਜੇ ਉੱਧਰ ਜਾ ਵੜਿਆ ਤਾਂ ਫਲਾਨਾ ਉੱਧਰ, ਆਪ ਤੁਸੀਂ ਜੋ ਮਰਜ਼ੀ ਕਰੋ ਹੈ ਨਾ, ਸਮਾਰਟਫੋਨਾਂ ਪਿੱਛੇ ਵੋਟਾਂ ਪਾਓ ਹੈ ਨਾ, ਹੋਰ ਚੀਜ਼ਾਂ ਪਿੱਛੇ ਵੋਟਾਂ ਪਾਓ, ਦਾਰੂ ਪਿੱਛੇ ਵੋਟਾਂ ਪਾਓ, ਜਦ ਦੂਜੇ ਨੇ ਪਾ ਲਿਆ ਤਾਂ ਹਾਂ ਬਈ ਉਹ ਸਾਂ ਵੀ ਪੁੱਛ ਕੇ ਲਵੇ, ਐਂ ਨਹੀਂ ਹੁੰਦਾ ਮੇਰਾ ਵੀਰ। ਠੀਕ ਹੈ, ਜਦੋਂ ਕੋਈ ਬੰਦਾ ਰੇਸ 'ਚ ਚੱਲਦਾ ਨਾ ਵੱਡੀ 'ਚ, ਤਾਂ ਲੋਕ ਉਹ ਤੋਂ ਐਕਸਪੈਕਟ ਕਰਦੇ ਨੇ ਵੀ ਹਾਂ ਯਾਰ ਜੇ ਇਹ ਬੰਦਾ ਇਹਦਾ ਨਾਮ ਹੈ ਤਾਂ ਇਹ ਤੋਂ ਯਾਰ ਕੋਈ ਫਾਇਦਾ ਲਿਆ ਜਾਵੇ, ਕੁਛ ਨਾ ਕੁਛ ਚੰਗਾ ਕੀਤਾ ਜਾਵੇ ਹੈ ਨਾ, ਵੀ ਇਹਦਾ ਨਾਮ ਲੈ ਕੇ ਖੋਰੇ ਨੂੰ ਜਾਣਦੇ ਹੋਣਗੇ ਲੋਕ ਯਾਰ ਵੀ ਆਪਾਂ ਇਹ ਤੋਂ ਕੰਮ ਕਰਾ ਲਈਏ। ਠੀਕ ਹੈ, ਅਤੇ ਬਹੁਤ ਮੇਰੀ ਕੋਈ ਇਕੱਲੇ ਨਹੀਂ, ਕੋਈ ਫੇਮ ਦਾ ਮੇਰੇ ਕੋਲ ਕੋਈ ਪੈਸੇ ਦੀ ਕਮੀ ਨਹੀਂ, ਕੋਈ ਅੱਜ ਫੇਮ ਦੀ ਕਮੀ ਨਹੀਂ, ਅੱਜ ਮੈਂ ਉਹਦਾ ਟੋਪ ਆਫ ਮਾਈ ਕਰੀਅਰ। ਠੀਕ ਹੈ ਨਾ, ਮੋਸਟ ਸਟ੍ਰੀਮਡ ਆਰਟਿਸਟ, ਕੱਲ੍ਹ ਵੀ ਦੇਖਿਆ ਤੁਸੀਂ, ਤੁਹਾਡੇ ਪਿਆਰ ਨਾਲ ਇੰਨਾ ਕੁ ਸਾਰਾ ਕੁਛ ਮਿਲਿਆ ਹੋਇਆ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਠੀਕ ਹੈ, ਜੇ ਫਿਰ ਵੀ ਕੁਛ ਕਰ ਰਹੇ ਹਾਂ ਤਾਂ ਉਹਦੇ ਪਿੱਛੇ ਕੋਈ ਰੀਜ਼ਨ ਹੈ। ਠੀਕ ਹੈ, ਮੈਨੂੰ ਕੋਈ MLA ਕੌਣ ਨਾਲ, MLA ਨਾਲ ਦੂਣਾ ਤੀਣਾ ਤੋਂ ਸਵਾ, MLA ਸਿਰਫ ਇੱਕ ਹਲਕੇ ਦਾ ਹੁੰਦਾ। ਠੀਕ ਹੈ, ਅਤੇ ਮੈਂ ਸਾਰੀ ਦੁਨੀਆ ਇੰਨਾ ਪਿਆਰ ਕਰਦੀ ਜਿੱਥੇ ਜਾਂਦੇ ਹਾਂ ਹੈ ਨਾ, ਲੋਕ ਪੈਰਾਂ ਥੱਲੇ ਹੱਥ ਦਿੰਦੇ ਨੇ ਹੈ ਨਾ, ਇੰਨਾ ਮਾਣ ਸਤਿਕਾਰ ਦਿੰਦੇ ਨੇ। ਸੋ ਇਹੋ ਜਿਹੀਆਂ ਚੀਜ਼ਾਂ ਮੇਰਾ ਵੀਰ, ਨੈਗੇਟਿਵਿਟੀ ਕਰਨੀ ਹੈ ਜੀ ਸਦਕੇ ਕਰੋ, ਪਰ ਮੈਂ ਤੁਹਾਨੂੰ ਇੰਨੀ ਗੱਲ ਕਹਿਣਾ ਵੀ ਜੇ ਤੁਸੀਂ ਇਹੀ ਚੀਜ਼ ਦਾ ਮਾਹੌਲ ਬਣਾਈ ਰੱਖਿਆ ਨਾ ਵੀ ਫਲਾਨਾ ਆ ਗਿਆ ਯਾਰ ਫਲਾਨੇ ਨੂੰ ਫੜ ਲਓ, ਫਲਾਨਾ ਆ ਗਿਆ ਫਲਾਨੇ ਨੂੰ ਫੜ ਲਓ, ਕਿਸੇ ਬੰਦੇ ਨੇ ਹਿੰਮਤ ਨਹੀਂ ਕਰਨੀ ਇਸ ਚੀਜ਼ ਦੇ ਵਿੱਚ ਆਉਣ ਦੀ। ਠੀਕ ਹੈ, ਜੇ ਮੈਂ ਅੱਜ ਜੁਆਇਨ ਕਰਿਆ ਤਾਂ ਮੈਂ ਸਾਰਿਆਂ ਨੂੰ ਕਹਿਣਾ ਵੀ ਆਓ ਯਾਰ, ਕੋਈ ਵੀ ਪਾਰਟੀ ਜੁਆਇਨ ਕਰੋ, ਆਓ ਚੰਗੇ ਬੰਦੇ ਆਓ ਤਾਂ ਸਹੀ, ਇਕੱਲੇ ਮਾੜਿਆਂ ਨੂੰ ਨਿੰਦ ਕੇ ਚੰਗਾ ਥੋੜ੍ਹੀ ਬਣਿਆ ਜਾਂਦਾ, ਮਾੜਿਆਂ ਨਾਲ ਖਹਿ ਕੇ ਉਹਨਾਂ ਨੂੰ ਸਿਸਟਮ 'ਚੋਂ ਰਿਮੂਵ ਕਰਕੇ ਫਿਰ ਚੰਗਾ ਬਣਾਇਆ ਜਾਂਦਾ। ਠੀਕ ਹੈ ਨਾ, ਆਪਾਂ ਇੱਥੇ ਜਾ ਕੇ ਈਜ਼ੀਲੀ ਕਹਿ ਜਾਂਦੇ ਹਾਂ, ਬਾਹਰ ਬੈਠੇ ਲੋਕ ਕਹੀ ਜਾਂਦੇ ਨੇ ਵੀ ਯਾਰ ਇਹ ਤਾਂ ਹੀ ਫਲਾਨੇ ਨੇ ਤਾਂ ਧਮਕੇ ਨੇ ਤਾਂ ਗਦਾਰ ਨਿਕਲ ਗਏ, ਗਦਾਰ ਸ਼ਬਦ ਦੀ ਵੀਰੇ ਪਰਿਭਾਸ਼ਾ ਸਮਝ ਕੇ ਆਓ ਮੇਰਾ ਵੀਰ। ਅਤੇ ਜੇ ਆਪਾਂ ਗਦਾਰਾਂ ਦੀ ਲਿਸਟ ਫੁੱਲਣ ਲੱਗ ਜਾਈਏ ਤਾਂ ਤੁਹਾਨੂੰ ਮੈਂ ਕਹਿੰਦਾ ਤੁਹਾਡੇ ਤੋਂ ਸਹਿ ਨਹੀਂ ਹੋਣਾ, ਦੇਖ ਨਹੀਂ ਹੋਣਾ ਵੀ ਕੌਣ ਕੌਣ ਗਦਾਰ ਹੈ ਇੱਥੇ। ਠੀਕ ਹੈ ਨਾ, ਜਿਹੜੇ ਲੋਕ ਪੰਥ ਘਕਾਉਂਦੇ ਸੀ ਉਹ ਲੋਕ ਉੱਥੇ ਅੱਤਵਾਦੀ ਕਹਿ ਕੇ ਨਿਕਲੇ ਨੇ। ਠੀਕ ਹੈ ਨਾ, ਕਿੰਨੇ ਸਾਲ ਹੋ ਗਏ ਜਿਹੜੇ ਬੰਦੇ ਨੇ ਇਸ ਚੀਜ਼ 'ਤੇ ਰਾਜਨੀਤੀ ਕੀਤੀ ਹੈ, ਰੋਟੀਆਂ ਖਾਧੀਆਂ ਨੇ, ਸਭ ਤੋਂ ਵੱਡੇ ਗਦਾਰ ਉਹ ਨੇ। ਠੀਕ ਹੈ ਨਾ, ਮੈਂ ਕਿਸੇ ਦੀ ਉਹ ਨਹੀਂ
किसी नूं मैं खिलाफ नहीं कह रहा, किसी दे मैं हक च नहीं जा रहा, पर मैं थोनों इन्नी गल कहना भी पहला जाके क्लीयर योर फैक्ट्स, हिस्टरी पढ़ो जाके, ठीक है ना। तो दूजी गल, असी इस सिस्टम दे विच क्यों आए हैं कि यह दोबारे कदे चीज़ा ना हो, ठीक है। जे कुछ चंगे बंदे हो उस चीज़ा नूं रोक सकन, ठीक है, तो वह चंगियां दे विचों तुसीं भी आ सकदे हो। आओ तुसीं सिस्टम क्लीयर करिए, साफ करिए, खड़ो वोटां दे विच, इलैक्ट होवो, विधानसभा च जाओ, विधानसभा जाके गल करो भी भाई आह साडा मुद्दा है, साडा हक है, करो हल, ठीक है ना। बोतल लैके वोट पाउण नाल समाज नहीं सुधरता वीरे, ना ही सोशल मीडिया से गालां कढ़ने नाल सुधरता, तो ना ही उन्हां बंदियां नूं तुन के सुधरता जिहड़े इस चीज़ का उद्दा करते हैं, ठीक है। कलाकार यार होर 20-30 ने जिन्हां दे 100-100 million गाने जांदे, वह क्यों नहीं आउंदे? अगला कहिंदा यार मैं की लैणा। जे कोई बंदा आउंदा तो उन्हूं इस तरीके नाल ना देखा करो भी इहनूं कोई फेम की लोड़ है या कुछ होर लोड़ है, फलाने थले लग गया, धमके थले लग गया, थले मैं तो परमात्मा ने लग्या होया मेरा वीर, ठीक है। उसने मेरे से उसने मैनू ये विधि बनाई है भी मैं जा रहा, ठीक है, मैं आपके लोगों वास्ते कुछ ना कुछ करना। कला गाण के कह के भी साडा पिंड है, साडा मानसा, वो गल नहीं बनती मेरा भरा, ठीक है ना। इत्थे हरेक बंदा कोशिश करता, मेरी मैनू परमात्मा ने हरेक कोले फेम आउंदी, हरेक ने फेम आपके टब्बर वास्ते वरती, आपके परिवार वास्ते वरती। जे मैं अपनी कमाई चो कुछ हिस्सा उधर वरतना चाहुंदा तो मैनू वरत लैण दिओ। बाकी जे कोई क्वेश्चन थोड़े दिमाग दे विच होया, एनी टाइम एनी वेयर जिथे मर्जी खड़ा के पुछ लो। हाँ, कल नूं सरकार बनती है, मैं बन के मतलब कुछ ना करे फिर थोड़ियां गल्लां सिर मत्थे भाई है ना, ठीक है। भी बाकी गल्लां दा जवाब तो मैं बहस तो मैं सकदा ही नहीं किसी चीज़ दे विच भी, जां वैसे सबसे ये जाना मैं कहना भी थोड़ा कुछ लगता भी है या कुछ इदा आओ बैठो मेरे नाल गल करो है ना। सो मेरा वीर इत्थे सारे बंदे चंगा चाहते हैं, सुधार चाहते हैं, ठीक है ना। कोई बंदा जे तो कोई चंगी चीज़ करने की कोशिश करता यार, हुण तुसीं ये ना करया करो भी हाँ यार ये तो फलाना हो गया, धमका हो गया, तो गद्दार हो गया, ठीक है ना। मैं उही थोड़ा क्वेश्चन ये इसे करके पिछले भी 3 साल तुम सरकार बनाई, थोड़ा तुम दसो गद्दार है कि नहीं है, मैं तो कल ज्वाइन किए चलो मैं तो गद्दार हाँ, ठीक है। ये हल नहीं है इस चीज़ का, घट्टो घट जे तुसी कुछ आप नहीं करना तो किसी बारे कुछ जो कर रहे हैं उन्हों कर लैन, उन्हों ना रोको, नहीं तो किसी ने हिम्मत ही नहीं करनी इधर आने की। अगला कहता यार मेरे 4 पैसे बनते हैं, इकट्ठे करके शो लाना, पैसे फड़ के अपने घर जावा, अपनी जिंदगी के नज़ारे लाव, मैं की लैना इन्हों, ठीक है। आपके कामों जो कि पहला भी सके करवा लेंगे, ठीक है। जे कुछ करने की कोशिश की है तो है ना, पॉजिटिव रखिया करो सारा कुछ। बाकी कोई दूजी गल, मैं जो लाइव होया मैं किसी नूं कुछ ये कहने की कोई यानी कि मैं आप पॉजिटिविटी करने की जो कुछ होर ज सफाई देने वास्ते नहीं होया, मेरा एक परिवार है, मैं सिर्फ उन्होंने गल करने वास्ते लाइव होया ना, मेरे इसलिए कोई बड़ा रीज़न है भी जब मैं कोई मैनू कोई हो चाहिए भी जब मैं कोई तुम ये कह दोगे भी गद्दार कह दोगे गद्दार ज ना ज कुछ माड़ा कह दोगे, मैं मेरे परमात्मा पता है, मेरे लोगों को पता है, मेरे पिंड जाके पुछो लोगों भी वो किन्ने कुछ ने, ठीक है भरा। अभी आपके लोगों जितों उठे जितों रोटी खाधी जितों पले बड़े हुए हैं असं वो आपके उपर चकने ने, ठीक है ना। इतने गल्ला करके सोशल मीडिया से मैं कह रहा वो फलानिया तो भैं फोह है धमक है कह सकता, ठीक है, पर जिन्या चीज़ा हुई ने जिंदगी करके दिखाया, ठीक है। फलॉप हो के भी जा सकता सी, फलॉप हो के भी हूँ इधरों गाने चलो हट के चलो हूँ इधरों पार्टी मार लीए, पार्टी मारना चो नहीं है उस्ताद, जिहड़ियां चीज़ा गलत हुई ने वो पहला भी गलत कह ठोके गया तो अगे भी गलत कहते रहेंगे भी आ ठोके गलत है चाहे जो मर्जी हो, ठीक है ना। बाकी मैं यही चीज़ है भरा, कोशिश करूँगा कुछ ना कुछ चंगा करन दी। बाकी कोई दिक्कत वाली गल नहीं मेरा भी, थोड़ी जो भी है सिर मत्थे है। हाँ, सत श्री अकाल।